ਤੇ ਸ਼ੀਰਾ ਪਿੱਥੋਂ ਦੀ ਧਰਤੀ ਬਠਿੰਡੇ ਵਾਲਾ ਕਿ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਕੇ ਹਾਲ ਪੁੱਛਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ ਤੁਹਾਡਾ ਸਵਾਗਤ ਕਰਦਾ kabaddi365.com ਤੇ। ਅਸੀਂ ਇੱਕ ਹੋਰ ਬੈਸਟ ਮੈਚ ਲੈ ਕੇ ਹਾਜ਼ਰ ਹਾਂ ਦੋਸਤੋ। ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਯੂਟਿਊਬ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਾਲ ਬਟਨ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਹੀ ਉਸ ਤੋਂ ਬਾਅਦ ਆਉਣ ਵਾਲੇ ਘੰਟੀ ਦੇ ਬਟਨ 'ਤੇ ਵੀ ਕਲਿੱਕ ਜ਼ਰੂਰ ਕਰਨਾ ਹੈ ਤਾਂ ਕਿ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਦੋਸਤੋ, ਇਸ ਮੈਚ ਦੇ ਚੱਲਦਿਆਂ ਹੋਇਆਂ ਜਦੋਂ ਵੀ ਤੁਸੀਂ ਆਪਣੇ ਪਸੰਦੀਦਾ ਖਿਡਾਰੀ ਨੂੰ ਇਸ ਮੈਚ ਦੇ ਵਿੱਚ ਦੇਖਦੇ ਹੋ ਤਾਂ ਉਸਦਾ ਨਾਮ ਕਮੈਂਟ ਬਾਕਸ ਜ਼ਰੂਰ ਲਿਖਣਾ ਹੈ ਤਾਂ ਕਿ ਅਸੀਂ ਉਸ ਖਿਡਾਰੀ ਦੇ ਵੱਧ ਤੋਂ ਵੱਧ ਮੈਚ ਤੁਹਾਡੇ ਲਈ ਲੈ ਕੇ ਆ ਸਕੀਏ। ਔਰ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਥੱਲੇ ਆਉਣ ਵਾਲੇ ਥੰਬਸ ਅਪ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਹੈ। ਇੰਜੋਏ ਕਰੋ ਇਸ ਬੈਸਟ ਮੈਚ ਨੂੰ। ਦਰਸ਼ਕਾਂ ਦੀ ਪੂਰੀ ਪੂਰੀ ਮੰਗ ਹੈ ਅਤੇ ਗੁਰਦੀਪ ਹੋਰੀ ਮੇਰੇ ਕੋਲ ਖੜ੍ਹੇ ਨੇ, ਗਗਨ ਹੋਰੀ ਵੀ, ਇਹ ਮੈਚ ਦੀ ਸਹੁੰ ਹਵਾ ਕੇ ਫੇਰ ਮੈਚ ਲਵਾਇਆ ਜਾਊਗਾ। ਇਹ ਪ੍ਰਬੰਧਕਾਂ ਦਾ ਹੁਕਮ ਹੈ ਜੀ। ਹਾਂਜੀ, ਗਗਨ ਹੋਰੀ ਮੇਰੇ ਕੋਲ ਖੜ੍ਹੇ ਨੇ, ਗਗਨ, ਗੁਰਦੀਪ, ਟੋਨੀ ਹੋਰੀ। ਮੈਚ ਸਿਰੇ ਦਾ ਲੱਗੂਗਾ ਸੁਰਖਪੁਰ ਅਤੇ ਢੰਡੋਲੀ। ਢੰਡੋਲੀ ਜ਼ਿਲ੍ਹੇ ਸੰਗਰੂਰ ਦੀ ਟੀਮ ਹੈ ਜਿਹੜੀ, ਉਹ ਪਿੰਡ ਵਾਲੀ ਸਾਈਡ ਹੈ, ਜੀ ਟੀ ਰੋਡ ਵਾਲੀ ਸਾਈਡ ਆ ਗਈ। ਸੁਰਖਪੁਰ ਜ਼ਿਲ੍ਹਾ ਕਪੂਰਥਲਾ ਮੇਰੇ ਵੀਰੇ, ਇੱਕ ਇੱਕ ਪਲੇਅਰ ਸੈਂਟਰ ਲਾਈਨ 'ਤੇ ਆ ਜਾਓ ਕਿਰਪਾ ਕਰਕੇ ਪਲੀਜ਼। ਇੱਕ ਢੰਡੋਲੀ ਵਾਲਾ ਅਤੇ ਇੱਕ ਸੁਰਖਪੁਰੀ ਆ। ਕਦੇ ਇਸੇ ਕਬੱਡੀ ਕੱਪ 'ਤੇ ਸੁਰਖਪੁਰੀ ਜਾਂਦੇ ਨੇ, ਲੰਡੀ ਗੱਡੀ ਜਿੱਤੀ, ਕਦੇ ਦੜਬੇ ਦੇ ਸੰਦੀਪ ਲੁੱਧਰ ਨੇ ਜਿੱਤੀ। ਇਹ ਮਾਨਸਾ ਜ਼ਿਲ੍ਹੇ ਦਾ ਮੇਰੇ ਵੀਰੋ ਮਸ਼ਹੂਰ ਕਬੱਡੀ ਕੱਪ ਆ। ਲੈ ਵੀ ਢੰਡੋਲੀ ਵਾਲਾ ਲਖਵਿੰਦਰ ਆ ਗਿਆ ਮੈਕ 'ਤੇ। ਬਾਈ, ਅਸੀਂ ਸਹੁੰ ਖਾਂਦੇ ਹਾਂ, ਸਾਡਾ ਕੋਈ ਮੈਚ ਸਾਂਝਾ ਨਹੀਂ। ਗੁਰੂ ਘਰ ਕਣੀ ਹੱਥ ਕੀਤੇ ਆ ਅਤੇ ਸਹੁੰ ਖਾਧੀ ਆ ਢੰਡੋਲੀ ਵਾਲੇ ਨੇ। ਇੱਕ ਜ਼ੋਰਦਾਰ ਤਾੜੀ ਮਾਰ ਦਿਓ, ਮੈਚ ਸਿਰੇ ਦਾ ਹੋਊਗਾ। ਲਓ ਜੀ, ਸਹੁੰ ਖਾ ਲਈ ਆ ਲਖਵਿੰਦਰ ਨੇ, ਠੀਕ ਹੈ ਜੀ। ਅਤੇ ਮੈਚ ਦੇ ਸਕੋਰ ਦੱਸਿਓ ਜੀ। 15.5 ਅਤੇ 16 ਨੰਬਰ ਹੋਣਗੇ ਗਗਨ ਭੀਖੀ ਸਾਡਾ ਭਰਾ। ਵਾਧੂ ਵੀਰ, ਬੇਨਤੀ ਆ ਵੀ ਬਾਹਰ ਹੋ ਜਾਣ, ਜੇ ਕਮੇਟੀ ਹੁਕਮ ਕਰੇ ਬਾਹਰ ਲੈ ਕੇ ਕਮੈਂਟਰੀ ਕਰ ਲਾਂਗੇ, ਕੋਈ ਗੱਲ ਨੀ। ਗੁਰਮੀਤ, ਦਰਸ਼ਕਾਂ ਨੂੰ ਆਨੰਦ ਆਉਣਾ ਚਾਹੀਦਾ। ਗੁਰਮੀਤ ਦੁੱਲੋਵਾਲ, 5000 ਰੁਪਈਆ ਜਗਸੀਰ ਕੋਟਲੇ ਦੇ ਲਈ ਐਲਾਨ ਕਰਦੇ ਨੇ ਕਿ ਤਾੜੀ ਮਾਰ ਦਿਓ ਜੀ। ਅੱਜ ਕਹਿੰਦੇ ਵੀ ਬੁਲਟ ਮੋਟਰਸਾਈਕਲ ਸਾਰੇ ਨਗਰ ਵੱਲੋਂ ਮੇਰੇ। ਪਹਿਲਾ ਸੈਮੀ ਫਾਈਨਲ ਮੈਚ ਜਿਹੜਾ ਸ਼ੁਰੂ ਹੋ ਚੁੱਕਾ ਕਬੱਡੀ, ਕਹਿੰਦੇ ਕੇਵਲ ਸਿੰਘ ਸਰਪੰਚ ਦਾ ਪੁੱਤਰ ਢੰਡੋਲੀ ਵਾਲਾ ਪਾ ਰਿਹਾ। ਸੁਰਖਪੁਰੀਆ ਜ਼ਿਆਦਾ ਕੋਸ਼ਿਸ਼ ਕਰਦਾ ਹੋਇਆ, ਪਹਿਲੀ ਸਫਲਤਾ ਸੁਰਖਪੁਰ ਦੇ ਹਿੱਸੇ ਹੈ ਕਿ ਜੀਪਾਂ ਮੁੜੀਆਂ ਕਚਹਿਰੀਓਂ ਖਾਲੀ, ਸੱਜਣਾ ਨੂੰ ਕੈਦ ਬੋਲ ਪਈ। ਦੋਦਾ ਤੇ ਦਿੜਵਾ ਮੰਡੀ ਸੈਕਿੰਡ ਸੈਮੀ ਫਾਈਨਲ ਮੈਚ ਦੀਆਂ ਟੀਮਾਂ ਹੋਣਗੀਆਂ। ਜਲਦੀ ਗਰਾਊਂਡ ਦੇ ਵਿੱਚ ਆ ਜਾਣ। 1000 ਦੇ ਸ਼ੀਰੇ ਦੇ ਦੋ ਜਫੇ ਹੋਣਗੇ, ਗੁਲਾਬੀ ਪੰਜਾਬ ਪੁਲਿਸ ਤੇ ਗੱਗ ਪੰਜਾਬ ਪੁਲਿਸ ਇਹ ਸ਼ੀਰੇ ਦੇ ਲਈ ਮਾਣ ਦੇ ਰਹੇ ਹੈ। ਲਓ ਉਧਰਲੇ ਪਾਸੇ ਮੈਦਾਨ ਦੇ ਵਿੱਚ ਕਹਿੰਦੇ ਜੋਤ ਮਹਿਮਦ ਵਾਲੀਏ ਦੀ ਕਬੱਡੀ ਹੈ, ਜਫਾ ਜਫਾ ਲੱਖੇ ਨੇ ਲਾਇਆ, ਦੁਨੀਆ ਚੀਤਾ ਚੀਤਾ ਕਹਿੰਦੀ ਹੈ। ਟੋਲੀ ਦਾ ਲਖਵਿੰਦਰ ਜੀ ਨੇ ਧੂਰੇ ਦੇ ਕਬੱਡੀ ਕੱਪ ਤੇ ਕਾਰ ਜਿੱਤੀ ਹੈ। ਇਹ ਹੈ ਸਿਰੇ ਦਾ ਖਿਡਾਰੀ ਮੇਰੇ ਵੀਰੇ, ਖੇਡ ਮੈਦਾਨ ਦੇ ਵਿੱਚ ਕਹਿੰਦੇ ਸਿਰੇ ਹੀ ਕਰਾ ਦਿੱਤਾ ਹੈ। ਲਓ ਕਬੱਡੀ ਪੈ ਗਈ ਆ ਖੇਡ ਮੈਦਾਨ ਦੇ ਵਿੱਚ, ਪੁਆਇੰਟ ਮੇਰੇ ਵੀਰੇ ਢੰਡੋਲੀ ਦਾ ਹੈ। ਪਹਿਲਾ ਸੈਮੀਫਾਈਨਲ ਮੈਚ ਹੈ, ਇਹ ਹੈ ਕਾਲਾ ਧਨੌਲੇ ਵਾਲਾ ਲਾਂਡਰਾਂ ਦੇ ਕਬੱਡੀ ਕੱਪ ਦੇ। ਮੋਹਾਲੀ ਦੇ ਕੋਲ ਜਦੋਂ ਮੈਚ ਹੋਇਆ ਤਾਂ 3600 ਫੋੜ ਮੰਗ ਰਹੇ ਟਰਾਲੇ ਦਿੱਤੇ। ਇੱਕ ਆਹ ਮੁੰਡੇ ਨੇ ਜਿੱਤਿਆ, ਧਨੌਲੇ ਦੇ ਲਈ ਖੇਡਦੇ ਆ, ਇੱਕ ਪਿੱਥੋ ਵਾਲੇ ਜੱਟ ਨੇ ਜਿੱਤਿਆ। ਪਿੱਥੋ ਵਾਲਾ ਸਿਰਾ ਵੀ ਅੱਜ ਕੰਨੀ ਤੇ ਖੜਾ ਹੈ, ਜਿਹਨੇ ਕਹਿੰਦੇ 62 ਮੋਟਰਸਾਈਕਲ ਲਾਂਡਰਾਂ ਦੇ ਕਬੱਡੀ ਕੱਪ ਤੇ, 3600 ਫੋੜ ਮੰਗ ਟਰਾਲਾ ਵਛਵਾੜੇ ਦੇ ਜੱਗੀ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਆਲਟੋ ਕਾਰ ਜਿੱਤੀ ਹੈ। ਮੈਚ ਸਿਰੇ ਦਾ, ਆਹ ਮੁੰਡੇ ਨੂੰ ਅੱਜ ਆਪਣਾ ਮੇਰੇ ਵੀਰੋ ਜਗਪਾਲ ਵੱਲੋਂ ਆਈਫੋਨ ਦੇ ਨਾਲ ਸਨਮਾਨ, ਆਈਫੋਨ ਦੇ ਮਾਣ ਹੋਏ ਆ ਕਹਿੰਦੇ ਕੇਵਲ ਸਿੰਘ ਦੇ ਪੁੱਤਰ ਦੇ। ਇਹ ਆ ਢੰਡੋਲੀ ਵਾਲਾ ਗਗਨ, ਕੁਲਵਿੰਦਰ ਸਿੰਘ ਨਾਮ ਹੈ, ਗਰਾਊਂਡਾਂ ਦੇ ਵਿੱਚ ਗਗਨ ਕਹਿੰਦੇ ਆ। ਸੁਰਖਪੁਰੀਆ ਯਾਦਾ ਕਹਿੰਦਾ ਮੈਂ ਦੇਖਦਾ ਸਰਪੰਚਾਂ ਦਾ ਪੁੱਤਰ ਕਿੱਧਰ ਦੀ ਭੱਜੂਗਾ। ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਹੈ ਜੋਤਾ ਮਹਿਮਦ ਵਾਲੀਆ, ਜੇ ਸ਼ੀਰਾ ਜਫਾ ਲਾਊ। ਦੀਪ ਮਿਸਤਰੀ ਕਹਿੰਦਾ ਵੀ 500 ਦੇ ਮਾਣ ਹੋਣਗੇ ਜੇ ਸ਼ੀਰਾ ਜਫਾ ਲਾਊ। ਚਲੇੜੀ ਵਾਲਾ ਬਾਬੂ ਮੇਰੇ ਵੀਰੇ, ਉਧਰ ਸ਼ੀਰਾ ਭਪਾਲ ਤੇ ਦਿਆਲਪੁਰੀਏ ਮੇਰੇ ਵੀਰੇ ਸਾਂਝਾ ਫੈਸਲਾ ਕਰਦੇ ਆ। ਦੇਵ ਹੋਰੀ ਤੇ ਪੁਆਇੰਟ ਕਹਿੰਦੇ ਜਾਫੀ ਦਾ। ਲੈ ਵੀ ਸੇਵਕਾ ਛੇੜ ਕਹਾਣੀ ਸਮੁੰਡੇ ਦੀ। ਇਹ ਹੈ ਕਹਿੰਦੇ ਦਿਓਲਾਂ ਦਾ ਪੁੱਤਰ ਮਨਦੀਪ ਬੇਨੜੇ ਵਾਲਾ, ਇਸ ਸਮੇਂ ਢੰਡੋਲੀ ਖੁਰਦ ਦੀ ਟੀਮ ਲਈ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਖੜਾ ਗਿੰਦਰ ਸਿੰਘ ਚੌਹਾਨ ਦਾ ਪੁੱਤਰ ਕਹਿੰਦੇ ਜਗਸੀਰ ਸਿੰਘ ਹੈ, ਕਰੋੜਾਂ ਦੀ ਕਬੱਡੀ ਵਰਲਡ ਕੱਪਾਂ ਦੇ ਵਿੱਚ ਖੇਡਿਆ ਮੁੰਡਾ, ਇੱਕ ਦੇ ਵਿੱਚ ਵੱਜਿਆ ਗੋਲੀ ਦੇ ਵਾਂਗਰਾਂ। ਤੇ ਪੁਆਇੰਟ ਜਿਹੜਾ ਇਸ ਸਮੇਂ
ਢਿੰਡੋਲੀ ਖੁਰਦ ਦੇ ਹਿੱਸੇ ਜਾ ਜੁੜੇ ਹੈ। ਬੇਨਤੀ ਹੈ ਵੀ ਕਿਰਪਾ ਕਰਕੇ ਦੋਦਾ ਤੇ ਦਿੜਬਾ ਮੰਡੀ ਟੀਮਾਂ ਜਲਦੀ ਆ ਜਾਣ। ਦਿੜਬਾ ਮੰਡੀ ਦੂਸਰਾ ਸੈਮੀਫਾਈਨਲ, ਇਹ ਆ ਧਨੌਲੇ ਵਾਲਾ ਕਾਲਾ ਥੋੜੇ ਸਮੇਂ ਦੇ ਵਿੱਚ ਕਬੱਡੀ ਦਾ ਮਹਾਨ ਖਿਡਾਰੀ ਬਣ ਗਿਆ, ਵਰਲਡ ਕੱਪ ਦੇ ਵਿੱਚ ਵੀ ਤਕੜਾ ਖੇਡਿਆ। ਇਹ ਆ ਧਨੌਲੇ ਵਾਲਾ ਕਾਲਾ, ਦੁਨੀਆ ਮਾਣ ਕਰਦੀ ਇਹਨਾਂ ਖਿਡਾਰੀਆਂ ਦੇ ਉੱਪਰ। ਹਮੀਰ ਸਿੰਘ ਦੇ ਪੁੱਤ ਨੇ ਟਰਾਈ ਕੀਤੀ, ਸਿਰੇ ਕੋਟੜੇ ਵਾਲੇ ਨੇ। ਇਹ ਆ ਗਗਨ ਢਿੰਡੋਲੀ ਵਾਲਾ, ਜਗਪਾਲ ਕੋਟੜੇ ਵਾਲੇ ਨੇ ਅੱਜ ਆਈਫੋਨ ਦੇ ਨਾਲ ਸਨਮਾਨਿਤ ਕੀਤਾ ਆਪਣੇ ਭਰਾ ਦਾ। ਲੈ ਵੀ ਸੀਰਾ ਪਿੱਥੋ ਵਾਲਾ ਸਿੰਘ ਸਰਦਾਰ ਹੈ, ਨਾਲ ਯਾਦਾ ਸੁਰਖਪੁਰੀ ਹੈ। ਹੁਣ ਵੱਧ ਕੇ ਮੇਰੇ ਵੀਰੋ ਕਿਹੜਾ ਨੌਜਵਾਨ ਸਿਰਾ ਕਰਵਾਵੇਗਾ। ਲਓ ਯਾਦੇ ਦੇ ਨਾਲ ਮੁਕਾਬਲਾ ਹੈ, ਮਨੀ ਧੂੜ ਫੈਸਲਾ ਕਰਦਾ ਵੀ ਡਬਲ ਟੱਚ ਹੋ ਗਿਆ। ਪੁਆਇੰਟ ਮੇਰੇ ਵੀਰੋ ਢਿੰਡੋਲੀ ਦਾ। ਇਹ ਆ ਜੋਤਾ ਮਹਿਮਦ ਵਾਲੀਆ, ਮਹਿਮਦ ਵਾਲੀਆ ਜੋਤਾ ਕਬੱਡੀ ਪਾਉਣ ਲਈ ਵਾਧਾ ਹੋਇਆ। ਇੱਕ ਪਾਸੇ ਖੜਾ ਕੋਟੜੇ ਦਾ ਸ਼ੀਰਾ, ਗੱਲ ਕਹਿੰਦੇ ਬੁਲਟ ਮੋਟਰਸਾਈਕਲਾਂ ਦੇ ਮਾਣ ਸਨਮਾਨਾਂ ਦੀ ਹੋਈ ਹੈ। ਕੋਟੜੇ ਦਾ ਕੱਪ, ਸ਼ੀਰੇ ਨੇ ਜਫਾ, 1500 ਦਾ ਜਫਾ ਹੋਵੇਗਾ ਜੇ ਸ਼ੀਰਾ ਲਾਉਂਦਾ ਹੈ। ਮਹਿਮਦ ਵਾਲੀਏ ਜੋਤੇ ਨੂੰ ਜਫਾ ਲਾਇਆ, ਢਿੰਡੋਲੀ ਖੁਰ ਦੇ ਹਿੱਸੇ ਨੰਬਰ ਹੈ। ਰਾਮ ਕੋਚ ਬੈਠਾ ਲਾਈਵ ਵੇਖਦਾ ਹੈ, ਕਹਿੰਦਾ ਵੀ ਸ਼ੀਰਾ ਢਿੰਡੋਲੀ ਖੁਰਦ ਦੇ ਲਈ ਭਾਗਾਂ ਵਾਲਾ ਖਿਡਾਰੀ ਹੈ। ਸੇਵਕ ਇੱਧਰ ਗੁਰਦੀਪ ਖੜਾ ਮੇਰੇ ਕੋਲੇ, ਸਾਡਾ ਬਾਈ ਗੁਲਾਬੀ ਪੰਜਾਬ ਪੁਲਿਸ ਤੇ ਗਗਨ ਪੰਜਾਬ ਪੁਲਿਸ। ਜੇ ਸਿਰੇ ਕੋਟੜੇ ਵਾਲੇ ਨੇ ਦੋ ਜਫੇ ਲਾਏ ਤਾਂ 1000 ਰੁਪਈਆ ਦਿੱਤਾ ਜਾਊਗਾ। ਲੈ ਵੀ ਕੋਟੜੇ ਵਾਲਿਆ, ਤੇਰੇ ਤੇ ਪਿੰਡ ਮਾਣ ਕਰਦਾ, ਅੱਜ ਕਹਿੰਦੇ ਬੁਲਟ ਮੋਟਰਸਾਈਕਲ ਦਿੱਤਾ ਕੋਟੜੇ ਵਾਲੇ ਨੂੰ। ਕੋਟੜੇ ਵਾਲੇ ਸਿਰੇ ਦੀ ਜੇ ਖੇਡ ਨੂੰ ਪਿਆਰ ਕਰਦੇ ਹੋ ਕਿ ਲਲਕਾ ਮਾਰਦੇ ਦਰਸ਼ਕ ਵੀਰੇ। ਇਧਰ ਕਹਿੰਦੇ ਧਨੌਲੇ ਵਾਲੇ ਸੰਧੂਆਂ ਦਾ ਪੁੱਤ ਕਬੱਡੀ ਪਾ ਰਿਹਾ, ਸੁਖਜਿੰਦਰ ਸਿੰਘ ਧਨੌਲੇ ਵਾਲਾ ਕਾਲਾ ਕਬੱਡੀ ਪਾਉਣ ਲਈ ਵਾਧਾ ਹੋਇਆ। ਚਾਰ ਜਾਫੀ ਨੇ, ਕੋਟੜੇ ਦੇ ਸ਼ੀਰੇ ਵਰਗੇ ਝਨੇੜੀ ਦਾ ਬੱਬੂ ਖੜਾ, ਜਿੱਥੋਂ ਦੇ ਸੁੱਚੇ ਪਹਿਲਵਾਨ ਦੀਆਂ ਗੱਲਾਂ ਪੁਰਾਣੇ ਸਮਿਆਂ ਦੇ ਵਿੱਚ ਹੋਈਆਂ, ਤੇ ਨੰਬਰ ਰੇਡਰ ਦੇ ਹਿੱਸੇ ਹੈ। ਲੱਖੇ ਨੇ ਕੋਸ਼ਿਸ਼ ਕੀਤੀ ਹੈ, ਰਾਜਾ ਗੁਰਦਿੱਤ ਸਿੰਘ ਜੀ ਉਹਨਾਂ ਦੀ ਟੀਮ ਲਈ, ਕਹਿੰਦੇ ਸੁੱਚਾ ਪਹਿਲਵਾਨ ਝਨੇੜੀ ਵਾਲਾ ਪੁਰਾਣੇ ਸਮੇਂ ਦੇ ਵਿੱਚ ਖੇਡਦਾ ਰਿਹਾ। ਉੱਧਰ ਖੇਡਾਂ ਪਾਮਕੋਟ ਦੀਆਂ, 7ਵਾਂ ਕਬੱਡੀ ਕੱਪ 2, 3 ਤੇ 4 ਫਰਵਰੀ ਨੂੰ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਬੱਡੀ 85 ਕਿੱਲੋ ਦਾ 25,000 ਤੇ 20,000 ਨਾਮ ਹੈ। 85 ਕਿੱਲੋ ਦੇ ਬੈਸਟ ਰੇਟ ਤੇ ਜਾਫੀ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ, 75 ਕਿੱਲੋ 'ਚ ਚਾਂਦੀ ਦੇ ਕੜੇ ਪਾਏ ਜਾਣਗੇ। ਤਾਮਕੋਟ ਮੇਰੇ ਵੀਰਿਓ, ਇਧਰ ਕਹਿੰਦੇ ਵੀ ਪੁਲਿਸ ਲਾਈਨ ਬਣ ਗਈ ਹੈ। ਜਿਵੇਂ ਮੱਟ ਪਹਿਲਾਂ ਬੋਲ ਕੇ ਗਿਆ, ਕਹਿੰਦਾ ਉਹਨੂੰ ਆਪਣੀ ਆਪਣੀ ਮਾਂ ਦੀ ਸਹੁੰ ਜਿਹੜਾ ਰਲ ਕੇ ਖੇਡੂਗਾ। ਇਧਰਲੇ ਦਰਸ਼ਕ ਕਹਿੰਦੇ ਸਾਨੂੰ ਉਹੀ ਡਾਊਟ ਜੀ ਲੱਗਦੀ ਆ, ਮੱਟ ਵਾਲੀ ਗੱਲ ਲੱਗਦੀ ਹੈ, ਪਰ ਵੇਖੋ ਵੀ ਮੈਦਾਨ ਦੇ ਵਿੱਚ ਨੌਜਵਾਨ ਜੋਤਾ ਮਹਿਮਦ ਵਾਲੀ ਹੈ। ਕਹਿੰਦੇ ਮਹਿਮਦ ਵਾਲ ਪਿੰਡ ਸੁਰਖਪੁਰ ਖੀਰਾਂਵਾਲ ਦਾ ਏਰੀਆ, ਜ਼ਿਲ੍ਹਾ ਕਪੂਰਥਲੇ ਦੀ ਧਰਤੀ, ਕਿ ਜੇ ਤੂੰ ਛੱਡ ਕੇ ਆਉਂ ਦੇਸ਼ ਦੁਆਬਾ, ਬੇਅੰਬੀਆਂ ਨੂੰ ਤਰਸੇਗਾ ਜੇ ਤੂੰ ਛੱਡ ਕੇ ਆਉਂ ਦੇਸ਼ ਦੁਆਬਾ। ਉੱਧਰ ਗੁਰਜੋਤ ਸਿੰਘ ਜੀ ਟੋਨੀ, ਛੋਟੀ ਉਮਰ ਵਿੱਚ ਵੱਡੀਆਂ ਪਲਾਂਗਾ, ਜਿਨ੍ਹਾਂ ਦੀ ਪੂਰੀ ਮਿੱਤਰ ਮੰਡਲੀ ਪੁੱਜੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਗੁਰਜੋਤ ਸਿੰਘ ਜੀ ਟੋਨੀ। ਇੱਕ ਜਿਹੜਾ ਮੇਰੇ ਵੀਰ 3604 ਟਰੈਕਟਰ ਸੰਧੂ ਬਠਿੰਡਾ ਵੱਲੋਂ ਹੈ, ਸਾਡੇ ਟੋਨੀ ਹੋਰਾਂ ਨਾਲ ਯਾਰੀ ਹੈ। ਇੱਕ ਇੱਧਰ ਸਾਹਮਣੇ ਬੈਠਾ ਮੁੰਡਾ, ਪੰਜਾਬ ਪੁਲਿਸ 'ਚ ਭਰਤੀ ਹੈ, ਸੋਨੀ ਸਮਾਗ ਕਿਸ਼ਨਗੜ੍ਹ ਫਰਮਾਹੀ ਵਾਲਾ, ਜਿਹਦਾ ਭਰਾ ਕਹਿੰਦਾ ਕਲੱਬ ਦਾ ਪ੍ਰਧਾਨ ਵੀ ਹੈ ਅਤੇ ਪਿੰਡ ਦਾ ਸਰਪੰਚ ਵੀ ਹੈ। ਬੂਟਾ ਸਮਾਗ ਵੀ ਪੁੱਜਿਆ, ਬੂਟੇ ਸਮਾਗ ਹੋਰਾਂ ਵੱਲੋਂ, ਸੋਨੀ ਹੋਰਾਂ ਵੱਲੋਂ, ਗੁਰਸੇਵਕ ਜੀ ਇੱਕ ਸਪੋਂਸਰ ਕੀਤਾ ਹੋਰ ਟਰੈਕਟਰ, ਇੱਕ ਸੰਧੂ ਬਠਿੰਡਾ ਜੀ ਵੱਲੋਂ। 1,75,000 ਦੇ ਨਾਮ ਹੋਣਗੇ। ਨੀਲੇ ਰੰਗ ਦਾ ਗਲੀ 'ਚ ਲੱਡੂ ਵੰਡ ਜੱਟੀਏ, ਜੱਟ 3600 ਲਿਆਇਆ ਨੀਲੇ ਰੰਗ ਦਾ ਗਲੀ 'ਚ ਲੱਡੂ ਵੰਡ ਜੱਟੀਏ। ਕਿਹੜੇ ਪਿੰਡ ਦੇ ਵਿੱਚ ਅੱਜ ਲੱਡੂ ਵੰਡੇ ਜਾਣਗੇ? ਇਧਰਲੇ ਪਾਸੇ ਗਗਨ ਢਿੰਡੋਲੀ ਵਾਲਾ ਲੰਮੀ ਛੂਟ ਵੱਟਦਾ ਹੋਇਆ, ਯਾਦੇ ਦੇ ਨਾਲ ਮੁਕਾਬਲਾ ਤੇ ਪੁਆਇੰਟ ਢਿੰਡੋਲੀ ਦੇ ਹਿੱਸੇ ਹੈ। ਦੋਦਾ ਤੇ ਦਿੜਬਾ ਮੰਡੀ, ਟੀਮਾਂ ਜਲਦੀ ਆ ਜਾਣ, ਲਲਕਾਰੇ ਵੱਜ ਗਏ ਹੈ। ਅੱਜ ਕੋਟੜੇ ਕਲਾਂ ਦਾ ਕਬੱਡੀ ਕੱਪ ਹੈ, ਕਹਿੰਦੇ 18ਵਾਂ ਸਾਲ, 21ਵੀਂ ਸਦੀ, ਗੱਲਾਂ ਵੱਡੇ ਕਬੱਡੀ ਕੱਪ ਦੀਆਂ ਹੁੰਦੀਆਂ। 1,00,000 ਪਹਿਲਾ ਪ੍ਰਾਈਜ਼, 75,000 ਦੂਜਾ ਪ੍ਰਾਈਜ਼। ਬੱਬੂ ਚਲੇੜੀ ਚਲੇੜੀ ਚਲੇੜੀ, ਬੱਬੂ 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 ਮੇਰੇ ਵੀਰੋ, ਕਬੱਡੀ 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 ਕਬੱਡੀ, ਹੋ ਹੋ। ਇਹ ਆ ਜੋਤਾ ਮਹਿਮਦ ਵਾਲੀਆ, ਸਿਰੇ ਹੀ ਕਰਾ ਗਿਆ। ਦੋਦਾ ਤੇ ਦਿੜਬਾ ਮੰਡੀ, ਗੁਰਸੇਵਕਾ ਕੀ ਕਹਿੰਦੇ ਆ ਦਰਸ਼ਕ ਵੀਰ? ਜਿਹੜਾ ਮੈਂ ਪਹਿਲਾਂ ਬੋਲਿਆ ਉਹੀ ਕਹਿੰਦੇ ਆ, ਦਿੜਬਾ ਮੰਡੀ ਦੇ ਨਾਲ ਮੈਚ ਜਿਹੜਾ ਦੋਦੇ ਦਾ। ਹੈਲੋ, ਦੋਦਾ ਤੇ ਦਿੜਬਾ ਮੰਡੀ। ਗੁਰਤੇਜ ਕੋਟੜੇ ਵਾਲਾ ਕਹਿੰਦਾ ਮੈਚ ਰੋਕ ਦਿਓ, ਸਾਡੇ ਟੋਨੀ ਪ੍ਰਧਾਨ ਹੋਰੀ ਕਹਿੰਦੇ ਮੈਚ ਰੋਕ ਲਓ, ਕਾਲੇ ਹੋਰੀ ਕਹਿੰਦੇ। ਹਾਂਜੀ ਹਾਂਜੀ, ਇੱਕ ਮਿੰਟ ਸਾਈਲੈਂਟ ਜੀ, 2 ਮਿੰਟ। ਹਾਂਜੀ ਰਵਿੰਦਰ ਜੀ, ਇੱਕ ਮਿੰਟ। ਆ ਲੱਖਾਂ ਕੋਈ ਬੋਲਣਾ ਚਾਹੁੰਦਾ?
ਭਾਈ ਅਸੀਂ ਸੌਂ ਖਾਂਦੇ ਹਾਂ ਜੇ ਸਾਡਾ ਮੈਚ ਸਾਂਝਾ ਹੋਵੇ ਅਸੀਂ ਗਰਾਊਂਡ 'ਚ ਖੜੇ ਹਾਂ ਕਾਮਯਾਬ ਨਾ ਹੋਈਏ ਇੱਕ ਮਿੰਟ ਜੀ ਬਾਈ ਇੱਕ ਮਿੰਟ ਕਾਲਾ ਧਨੌਲੇ ਵਾਲਾ ਸਾਡਾ ਭਰਾ ਕੁਝ ਕਹਿਣਾ ਚਾਹੁੰਦਾ ਇੱਕ ਮਿੰਟ ਉਹ ਕੀ ਕਹਿਣਾ ਚਾਹੁੰਦਾ ਮੈਂ ਦੱਸਦਾ ਹਾਂਜੀ ਦੋਨੋਂ ਟੀਮਾਂ ਨੇ ਇਹ ਕਿਹਾ ਇੱਕ ਮਿੰਟ ਬਾਈ ਪਹਿਲਾਂ ਸੁਣ ਲਓ ਯਾਰ ਪਹਿਲਾਂ ਸੁਣ ਲਓ ਵੀਰੇ ਫੇਰ ਬੋਲ ਪਿਓ ਪਹਿਲਾਂ ਸੁਣੋ ਪਲੀਜ਼ ਪਹਿਲਾਂ ਸੁਣ ਲਓ ਇੱਕ ਮਿੰਟ ਸਾਨੂੰ ਦੇ ਦਿਓ ਦਰਸ਼ਕ ਵੀਰੋ ਸਾਨੂੰ ਇੱਕ ਮਿੰਟ ਦੇ ਦਿਓ ਪਲੀਜ਼ ਲੈ ਵੀ ਲਖਵਿੰਦਰ ਢੰਡੋਲੀ ਵਾਲਿਆ ਲਖਵਿੰਦਰ ਖਿਡਾਰੀ ਇਹ ਕਹਿ ਰਹੇ ਹੈ ਵੀ ਜਿਹੜਾ ਇਨਾਮ ਹੋਊਗਾ ਲਖੇ ਇੱਕ ਮਿੰਟ ਬਿਲਕੁਲ ਵੀ ਇਹ ਮੈਚ ਇੱਕ ਮਿੰਟ ਹੈਲੋ ਪ੍ਰਬੰਧਕਾਂ ਨੂੰ ਜਾਦਿਆ ਇਹ ਜਨਤਾ ਰੱਬ ਹੁੰਦੀ ਹੈ ਇਹਨਾਂ ਦੇ ਸੀਨੇ 'ਚ ਧੜਕਦਾ ਸੱਚ ਅਰਥ ਰੱਖ ਕਾਲੇ ਇੱਧਰ ਆ ਉਰੇ ਆ ਜਾ ਇੱਥੇ ਆ ਕੇ ਬੋਲ ਸਾਈਡ ਹੋ ਜਾਓ ਸਾਰੇ ਜਾਣੇ ਜੋ ਤੂੰ ਕਹਿਣਾ ਚਾਹੁੰਦਾ ਕਹਿ ਦੇ ਹੈਲੋ ਵੀਰੇ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ ਥੋੜ੍ਹਾ ਧੰਨਵਾਦ ਕਰਦੇ ਹਾਂ ਅਸੀਂ ਤਾਂ ਇੰਨਾ ਕਰ ਸਕਦੇ ਵੀਰੇ ਗੁਰਦੁਆਰੇ ਪ੍ਰਾਈਜ਼ ਧਰਦੇ ਅਸੀਂ ਉੱਥੋਂ ਚੱਕ ਲਾਂਗੇ ਵੀਰੇ ਰੱਬ ਤੋਂ ਵੱਡਾ ਤਾਂ ਕੁਛ ਹੈ ਨਹੀਂਗਾ ਅਸੀਂ ਵੀ ਸਾਡੀ ਵੀ ਸੱਟਾਂ ਫਿੱਟਾਂ ਦੀ ਗੇਮ ਹੈ ਇਹੀ ਰੋਜ਼ੀ ਰੋਟੀ ਆ ਜੇ ਕਹੋ ਨਾ ਗੁਰਦੁਆਰੇ ਉੱਪਰ ਆਈ ਚੱਕ ਲਾਂਗੇ ਸਾਡਾ ਵੀ ਦੀਨਵਾਨ ਹੈਗਾ ਵੀਰੇ ਐਵੇਂ ਤੁਰੇ ਫਿਰਦੇ ਹੈ ਨਾ ਤੁਹਾਡਾ ਪਿਆਰ ਆ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਤੁਸੀਂ ਧੱਕਾ ਕਰੋ ਥੋੜ੍ਹਾ ਜਿਹਾ ਬਾਈ ਮੈਚ ਚਲਾ ਦਿਓ ਜਦੋਂ ਪ੍ਰਬੰਧਕਾਂ ਨੂੰ ਪਤਾ ਵੀ ਮੈਚ ਨਹੀਂ ਕਮੇਟੀ ਨੂੰ ਕੋਈ ਇਤਰਾਜ਼ ਨਹੀਂ ਤੇ ਫਿਰ ਆਪਾਂ ਨੂੰ ਨਹੀਂ ਕੋਈ ਚੱਕਰ ਬਾਈ ਮੈਚ ਚਲਾਓ ਹੈਲੋ ਖੇਡਣ ਦਿਓ ਇੱਕ ਪਾਸੇ ਤਾਂ ਲੋਕ ਹੁਣ ਸੁਰਖਪੁਰ ਵਾਲੇ ਐਡੀ ਦੂਰੋਂ ਇੱਥੇ ਮੈਚ ਸਾਂਝਾ ਕਰਨ ਆਏ ਆ ਜਾਂ ਬਾਈ ਜੀ ਕਾਲੇ ਧਨੌਲੇ ਵਾਲੇ ਨੇ ਕਿਹਾ ਕਹਿੰਦਾ ਬਾਈ ਜੀ ਇੰਨਾ ਤੁਸੀਂ ਸਾਨੂੰ ਕਿਰਾਇਆ ਦਿੱਤਾ ਐਡੀ ਦੂਰੋਂ ਅਸੀਂ ਆਏ ਹਾਂ ਅਸੀਂ ਰਲ ਕੇ ਨਹੀਂ ਖੇਡਦੇ ਮੈਂ ਚੱਲਣ ਦਿਓ ਦਰਸ਼ਕ ਵੀਰੇ ਹੁਣ ਸਿਰੇ ਦਾ ਮੈਂ ਗੇਮ ਆ ਯਾਰ ਤਾੜੀ ਮਾਰ ਦਿਓ ਗੇਮ ਆ ਯਾਰ ਜੇ ਢੰਡੋਲੀ ਜਿਸ ਤਰ੍ਹਾਂ ਹੀ ਇਹਦਾ ਮਤਲਬ ਮੈਂ ਸਾਂਝਾ ਹੋ ਗਿਆ ਗੇਮ ਆ ਉਹ ਆਪਦੀ ਮੁੰਡੇ ਗੇਮ ਦਿਖਾ ਰਹੇ ਆ ਵਧੀਆ ਮੁੰਡੇ ਆ ਗਰਾਊਂਡ 'ਚ ਕੋਈ ਕਿਸੇ ਤੋਂ ਘੱਟ ਨਹੀਂ ਪਰ ਪਲੀਜ਼ ਇਹਨਾਂ ਪਲੇਅਰਾਂ ਦਾ ਆਪਾਂ ਸਾਥ ਦਿਓ ਫਿਰ ਹੀ ਗੱਲ ਬਣਨੀ ਆ ਥੈਂਕ ਯੂ ਰਿਪਾਲ ਸਾਹਿਬ ਕਰਾਓ ਸ਼ੁਰੂ ਜੀ ਬਹੁਤ ਤਾਕਤਵਰ ਮੈਚ ਹੈ ਮੈਚ ਜਿਹੜਾ ਇਸਵੇਂ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਗਗਨ ਢੰਡੋਲੀ ਵਾਲਾ ਕਬੱਡੀ ਪਾਉਣ ਲਈ ਵਾਧਾ ਜਾ ਰਿਹਾ ਜਗਤਾਰ ਵੀਰੋ ਕੇ ਖੁਰਦ ਸੁੱਖੀ ਸਰਾਂ ਭੀਖੀ ਤੇ ਮਨੀ ਜੈਲਦਾਰ ਕਾਲੇ ਪੰਡਤ ਵਰਗੇ ਵੀਰ ਲਓ ਨੰਬਰ ਜਿਹੜਾ ਇਸਵੇਂ ਢੰਡੋਲੀ ਦੇ ਹਿੱਸੇ ਹੈ ਬੇਨਤੀ ਹੈ ਵੀ ਦੋਦਾ ਤੇ ਦਿੜਬਾ ਵੰਡੀ ਉਧਰ ਗੁਰਸੇਵਕ ਜੀ ਬਾਬਾ ਅਲਖਦਾਸ ਸਪੋਰਟਸ ਕਲੱਬ ਵੱਲੋਂ ਵੱਡਾ ਕਬੱਡੀ ਕੱਪ ਵੀਰੋਕਿਆਂ ਦੇ ਵਿੱਚ ਹੈ ਉਧਰ ਸਾਡਾ ਕਲੱਬ ਦਾ ਪ੍ਰਧਾਨ ਗੀਤੂ ਪੁੱਜਿਆ ਵੀਰ 19 ਜਨਵਰੀ ਨੂੰ ਓਪਨ ਦੇ ਮੈਚ ਹੋਣਗੇ ਖਿਡਾਰੀਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਵੱਡੇ ਮਾਣ ਵਾਲੀ ਗੱਲ ਹੈ 16 ਜਨਵਰੀ ਨੂੰ ਧੰਨ ਧੰਨ ਬਾਬਾ ਥੰਮਣ ਸਿੰਘ ਸਪੋਰਟਸ ਕਲੱਬ ਬਛੋਆਣੇ ਦਾ ਕਬੱਡੀ ਕੱਪ ਹੈ ਜੱਗੀ ਪ੍ਰਧਾਨ ਪੁੱਜਿਆ 1,75,000 ਬਿਲਕੁਲ ਬਾਈ ਬਿਲਕੁਲ ਮੇਰੇ ਬੇਨਤੀ ਹੈ ਵੀ ਬਲਵੰਤ ਭੀਖੀ ਵਾਲੀ ਗੱਲ ਆਪਾਂ ਨੋਟ ਕਰੀਏ ਮੈਚ ਤਕੜਾ ਹੈ ਸਾਰੇ ਟੂਰਨਾਮੈਂਟਾਂ ਦੀ ਜਾਣਕਾਰੀ ਆਪਾਂ ਫਰੀ ਸਮੇਂ ਦੇ ਵਿੱਚ ਖਿਡਾਰੀਆਂ ਨੂੰ ਦੇਵਾਂਗੇ ਮਨਦੀਪ ਦਿਓਲ ਬੇਨੜੇ ਵਾਲਾ ਢੰਡੋਲੀ ਖੁਰਦ ਦੇ ਲਈ ਕਬੱਡੀ ਪਾ ਰਹੇ ਹੈ ਇਧਰਲੇ ਪਾਸੇ 4 ਜਾਫੀ ਨੇ ਸੁਰਖਪੁਰੀਏ ਯਾਦੇ ਵਰਗੇ ਖੜੇ ਹੈ ਇਹ ਆ ਕਹਿੰਦੇ ਸ਼ੀਰਾ ਪਿੱਥੋਂ ਦੀ ਧਰਤੀ ਬਠਿੰਡੇ ਵਾਲਾ ਕੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਬਾਕੀ ਰਹਿ ਕੇ ਹਾਲ ਪੁੱਛਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਜੇ ਸਿਰੇ ਦੇ ਜਫੇ ਦਾ ਸਵਾਦ ਆਇਆ ਕਿ ਤਾੜੀ ਖੁੱਲ ਕੇ ਮਾਰਦੇ ਮਾਨਸਾਰੇ ਇਹ ਹੈ ਕਹਿੰਦੇ ਬਠਿੰਡੇ ਤੋਂ ਜ਼ਿਲ੍ਹਾ ਮਾਨਸਾ ਬਣ ਗਿਆ ਹੈ ਆਪਣੇ ਏਰੀਏ ਦਾ ਮਾਣ ਆ ਸਰਦਾਰ ਗਿੰਦਰ ਸਿੰਘ ਚੌਹਾਨ ਦੇ ਪੁੱਤ ਨੇ ਜਫਾ ਲਾ ਤਾ ਤਲੇ ਵਾਲਿਆ ਸਿਰਾ ਕਰਾਤਾ ਲਓ ਖੇਡ ਮੈਦਾਨ 'ਚ ਕਾਲਾ ਧਨੌਲੇ ਵਾਲਾ ਉਧਰ ਕੋਟੜੇ ਵਾਲਾ ਜਗਸੀਰ ਟਰਾਈ ਕਰਦਾ ਹੈ ਜੇ ਸੀਰਾ ਜਫਾ ਲਾਊ ਗੁਲਾਬੀ ਤੇ ਗਗਨ ਪੁਲਸੀਏ ਵੱਲੋਂ 1,000 ਰੁਪਇਆ ਦਿੱਤਾ ਜਾਊਗਾ ਵੱਡੇ ਮਾਣ ਹੋਣਗੇ ਬੇਨਤੀ ਹੈ ਵੀ ਦੋਦਾ ਤੇ ਦਿੜਬਾ ਮੰਡੀ ਸੈਕਿੰਡ ਸੈਮੀ ਫਾਈਨਲ ਮੈਚ ਦੀਆਂ ਟੀਮਾਂ ਤਿਆਰੀ ਕਰ ਲੈਣ ਗੁਰਜੋਤ ਟੋਨੀ ਪ੍ਰਧਾਨ ਦੀ ਸਮੁੱਚੀ ਟੀਮ ਨੂੰ ਅੱਜ ਲੱਖ ਲੱਖ ਮੁਬਾਰਕਾਂ ਨੇ ਸਾਡੇ ਭਰਾਵਾਂ ਦਾ ਮੇਲਾ ਸੋਨੀ ਸਮਾਗ ਵਰਗੇ ਯਾਰਾਂ ਦਾ ਅੱਜ ਸਫਲਤਾ ਦੇ ਵੱਲ ਵਧਦਾ ਜਾ ਰਿਹਾ ਸੁਰਖਪੁਰੀਏ ਯਾਦੇ ਨੇ ਦੁਆਤ ਕੀਤੇ ਹੈ ਨੰਬਰ ਜਿਹੜਾ ਇਸ ਸਮੇਂ ਰੇਡਰ ਦੇ ਹਿੱਸੇ ਜੋਤਾ ਮਹਿਮਦ ਵਾਲੀਆ ਕਬੱਡੀ ਪਾਉਣ ਲਈ ਵਾਧਾ ਹੋਇਆ ਇੱਕ ਪਾਸੇ ਖੜਾ ਨੌਜਵਾਨ ਢੰਡੋਲੀ ਵਾਲਾ ਲੱਖਾ ਨਾਲ ਗੁਰਪ੍ਰੀਤ ਮੀਣਾ ਨਾਲ ਕਹਿੰਦੇ ਵੀ ਇਸ ਸਮੇਂ ਸ਼ੀਰਾ ਕੋਟੜੇ ਵਾਲਾ
दूसरे पासे झनेड़ी वाला बब्बू है, यह है प्रदीप पंडित का पुत्र। इस समय मैदान के नौजवान कोशिश करता हुआ जिथों के कहते सुचे पहलवान ने पुराने समय के रेतगढ़िए राजे गुरदित सिंह होरां दे वास्ते कुश्तियां लड़ियां है। कबड्डी दे विच गल्लां सतगुर झनेड़ी वर्गियां दीआं होईआं है। इह मनदीप दड़बा मंडी की टीम ग्राउंड च आ गई है। रण सिंह रणिया 36 खुशदीप गिल ला पिथों वाला सीरा पिथों वाले दे 62 मोटरसाइकिल हो गए, किसी ने रिकॉर्ड नहीं तोड़िया। 62 मोटरसाइकिल बछौण दे कबड्डी कप ते आल्टो कार ते लांडरां दे कबड्डी कप ते 3600 फुट मंग ट्राला। जे पिथोवाल की खेड प्यारी लगती है एक जोरदार ताड़ी ते एक लड़करा भी मार दे मान सारे। वाह जी वाह के पिथोवाल शीरा अड़िए बड़ा पतंदर भैड़ा नहीं, एक बारी जे पै जे पिछे मुड़ ना छड़दा खेड़ा नहीं। सुरखपुर की टीम लई खेड़दा जिथों का मंगी कहिंदे कनेडा दे वर्ल्ड कप का 1992 दे विच बेस्ट रेडर बनया, जिथों का दुला 2008 दे विच कनेडा दे वर्ल्ड कप का बेस्ट रेडर बनया, जिथों के संजीव वर्गे जिथों के नौजवान कहिंदे मंगी वर्गे गांधी वर्गे दुले वर्गे दीआं गल्लां संदीप महमदवालिया खेड़दा रहा सुरखपुर पिंड दे लई। लो उस पिंड दी इह टीम है, नौजवान यादे वर्गे पुजे है, नंबर जिहड़ा ढंडोली दे हिस्से है। जोता महमदवालिया कबड्डी पा रहा है। लैवी लखविंदरा धूरे दे कबड्डी कप ते कहिंदे गड्डी जीती है। लो सिर करवाया झनेड़ी वाला बाबू सीरा कोटड़े वाला देव दयालपुरा फैसला करता भी डबल टच हो गया है। पॉइंट मेरे वीरो सुरखपुर दा लो कबड्डी 15.5 ते 16 नंबर भाई आप अनाउंस किए हैं, जे नहीं होए तो इशारा कर दौ 15.5 16 याद होए नहीं। इधर नौजवान रणजोत वर्गे पुजे है योधा यादे ते योधे की जोड़ी वर्ल्ड कपां दे विच मशहूर हुई। निर्वैर कोहनी रणी वाली दुनिया जादूगर कहती है हाकी दे विच, हाकी दे विच जादूगर मेजर ध्यान चंद नूं कहा है, गुरसेवकां दे विच जादूगर पेले नूं कहा है। कौडी तूफान नूं पौणी पैगी इक ताड़ी मार दिओ, इह आ तूफान मेरे वीर ढंडोली वाला। लै पिथों वालिया अज कहते भी 3600 होर दिता जाना है। लो पिथों वाला पिथों वाला पिथों वाला जगसीर सिंह सीरा मेरे वीरियो कबड्डी का जादू, कबड्डी का जादू कर कबड्डी का जट जाफी हेड़ मैदान दिता तो है ताल उखड़ते पैर ते पॉइंट मेरे वीरियो ढंडोली है। पॉइंट कहते ढंडोली मैच मैच हो गया समाप्त समाप्त आ जा भी उरे आ जा लभी। हेलो मैच रल के है, मैच कहते भी सिरे दा ताड़ी मार दो नहीं रीसा। एक रुपिंदर हां जी हां जी एक रेट की घाट है, कुंडियां दे सिंग फस के नित्रू बड़े में खानी। एक लास्ट कबड्डी गुरतेज ला भी दर्शक वीरो सुरखपुर की कबड्डी पौगी सुरखपुर की पैनी आ फैसले होणगे फैसले होणगे। ला बादू बार हो जाओ सुरखपुर की कबड्डी पौगी सुरखपुर की लास्ट कबड्डी आ पैनी है जी। आ कबड्डी ते फैसला होजू दर्शक वीरो जोरदार ताड़ी मार दिओ। आ कबड्डी फैसले वाली मेरे पंजाबी वीरो काला धनौले वाला कबड्डी पा रहा है इस वेले खेड मैदान दे विच सुरखपुर दी टीम वल्लों। ढंडोली दे 4 लखा बब्बू शीरा ते हुण वेखदा भी बब्बू करदा कुछ वाए काले दा धनौले वाले दा काला धनौले वाला लो कबड्डी पा के सिरा करवा गया। ला रुपिंदर जी हुण स्कोर बोल दिओ रुपिंदर वीरा स्कोर बोल दो रुपिंदर। हैलो ग्राउंड खाली कर दिओ कृपा करके खारा जी हाँ जी बरनाला जी बेवा साहब खाली करवा दिए ग्राउंड सरदार बाद बड़ा ताकतवर शब्दा दा हाँ मैच दे स्कोर सुनियो ढंडोली दे 15 सुरखपुर दे 15.5। दोस्तों तुसीं मैच देखिया, ये मैच तुहानू किहो जिहा लग्या कमेंट बॉक्स जरूर लिखो, नाल ही इस मैच के विचों तुहाडा पसंदीदा खिडारी किहड़ा रहा यह भी कमेंट बॉक्स जरूर लिखो। तुहानू रिक्वेस्ट है कि इस तरह के होर भी बहुत सारे मैच साडे यूट्यूब चैनल पर अवेलेबल ने जिन्हां नू तुसीं देख सकते हो, और जेकर तुहानू यह वीडियो वधिया लगी तो इहनू जांदे जांदे लाइक और शेयर जरूर करके जाना है। तुहाडा सारयां दा बहुत बहुत धन्यवाद।